ਅੱਜ ਦੇ ਸ਼ਹੀਦੀ ਦਿਵਸ ਤੇ ਜਦੋਂ ਸਾਡੇ ਦੋਸਤ ਛੋਟੇ ਸਾਹਿਬਜ਼ਾਦੇ ਸਮੇਂ ਦੀ ਜ਼ਾਲਮ ਹਕੂਮਤ ਨੇ ਕੰਧਾਂ ਚਿਣ ਕੇ ਸ਼ਹੀਦ ਕੀਤੇ ਨੇ, ਇਹ ਉਹ ਹਫ਼ਤਾ ਹੈ ਜਿਹਦੇ ਵਿੱਚ ਸਾਡੇ ਦਸ਼ਮੇਸ਼ ਪਿਤਾ ਦਾ ਵੱਡਾ ਪਰਿਵਾਰ ਦਾ ਹਿੱਸਾ ਜ਼ਿੰਦਗੀਆਂ ਕੁਰਬਾਨ ਕਰ ਗਿਆ। ਜਦੋਂ ਇਹ ਦਿਹਾੜਾ ਆਉਂਦਾ ਹੈ ਅਸੀਂ ਦਿਹਾੜਾ ਬੜਾ ਮਾਣ ਸਤਿਕਾਰ ਨਾਲ ਮਨਾਉਂਦੇ ਹਾਂ, ਸ਼ਰਧਾਂਜਲੀਆਂ ਭੇਟ ਕਰਦੇ ਹਾਂ, ਭਾਸ਼ਣ ਦਿੰਦੇ ਹਾਂ। ਅਸੀਂ ਅਹਿਦ ਨਹੀਂ ਕਰਦੇ, ਅਸੀਂ ਸਬਕ ਨਹੀਂ ਲੈਂਦੇ ਸਾਡੇ ਸ਼ਹੀਦਾਂ ਤੋਂ ਵੀ ਉਹਨਾਂ ਦੇ ਰਸਤੇ ਦੇ ਚੱਲਣਾ ਪੈਂਡਾ ਕਿੰਨਾ ਤੈਅ ਕਰਨਾ ਜਿੰਨਾ ਉਹਨਾਂ ਦਾ ਬਾਕੀ ਸੀਗਾ, ਕਿ ਉਹ ਰਸਤਾ ਤੈਅ ਹੋ ਚੁੱਕਿਆ ਕਿ ਜਾਵਰਾਂ ਦੇ ਰੰਗ ਬਦਲ ਗਏ, ਜਾਗਰਾਂ ਦੇ ਕੱਪੜੇ ਬਦਲ ਗਏ, ਉਹਨਾਂ ਦੇ ਢੰਗ ਬਦਲ ਗਏ। ਅੱਜ ਵੀ ਰੰਗੇ ਜਿਉਂਦੇ ਨੇ, ਅੱਜ ਵੀ ਵਜੀਦੇ ਜਿਉਂਦੇ ਨੇ। ਇਸ ਦਿਨ ਤੇ ਸਾਨੂੰ ਇਹ ਮਹਿਸੂਸ ਕਰਨ ਦੀ ਲੋੜ ਹੈ, ਠੀਕ ਉਹੀ ਮਹੀਨਾ ਠੰਡੀਆਂ ਰਾਤਾਂ, ਠੀਕ ਉਸੇ ਤਰ੍ਹਾਂ ਦੀਆਂ ਠੰਡੀਆਂ ਹਵਾਵਾਂ ਤੇ ਠੰਡੇ ਬੁਰਜ ਦੇ ਚੁੱਲ੍ਹੇ, ਠੀਕ ਉਸ ਤਰ੍ਹਾਂ ਦੀਆਂ ਸ਼ਹਾਦਤਾਂ, ਉਸੇ ਤਰ੍ਹਾਂ ਦਾ ਜਾਬਰਾਂ ਦਾ ਹਮਲਾ ਸਾਡੇ ਤੇ ਅੱਜ ਵੀ ਖੜਾ ਹੈ। ਅੱਜ ਵੀ ਸਾਡੇ ਸਾਹਿਬਜ਼ਾਦਿਆਂ ਦਾ ਦਿਨ ਇਸ ਤਰ੍ਹਾਂ ਯਾਦ ਕਰਨਾ ਚਾਹੀਦਾ ਕਿ ਅਜੇ ਉਹ ਪੰਧ ਮੁੱਕਿਆ ਨਹੀਂ ਹੈ। ਮੰਨ ਲੈਂਦੇ ਹਾਂ ਦੁਨੀਆ ਦੇ ਇਤਿਹਾਸ ਦੇ ਵਿੱਚ ਸਲਾਮੀ ਕੁਰਬਾਨੀਆਂ ਨੇ ਸਾਡੇ ਸਿੱਖ ਦੀਆਂ ਸਿੱਖਾਂ ਦੀਆਂ, ਸਲਾਮੀ ਕੁਰਬਾਨੀਆਂ ਨੇ ਸਾਡੇ ਪੰਜਾਬੀਆਂ ਦੀਆਂ। ਪਰ ਜੇਕਰ ਸਿੱਖ ਇਤਿਹਾਸ ਦੇ ਵਿਰਸੇ ਦੀ ਗੱਲ ਕਰਨੀ ਹੋਵੇ ਤਾਂ ਬਾਬੇ ਨਾਨਕ ਤੋਂ ਚੱਲੀ ਹੋਈ ਕਿਹੇ ਵਿਰਾਸਤ ਹੈ ਕਿ ਬਾਬਾ ਨਾਨਕ ਜਦੋਂ ਇਸ ਧਰਤੀ ਤੇ ਪੈਦਾ ਹੋਇਆ ਉਦੋਂ ਜਿਹੜੇ ਹਿੰਦੂ ਧਾਰਮਿਕ ਰਾਜੇ ਸੀ ਉਹਨਾਂ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ, ਅਕਸਰ ਕਿਹਾ ਜਾਂਦਾ ਕਿ ਜੇ ਪਰਮਾਤਮਾ ਦੇ ਭੇਜੇ ਹੋਏ ਆ ਤੇ ਇਹਨਾਂ ਦਾ ਹੁਕਮ ਪਰਮਾਤਮਾ ਦਾ ਹੀ ਹੁਕਮ ਹੈ। ਉਸ ਵੇਲੇ ਰਾਜਿਆਂ ਦੇ ਮੂੰਹ ਚੋਂ ਨਿਕਲੀਆਂ ਹੋਈਆਂ ਗੱਲਾਂ ਅੱਲਾ ਦਾ ਹੁਕਮ ਸਮਝਿਆ ਜਾਂਦਾ ਸੀ। ਉਸ ਵੇਲੇ ਬਾਬੇ ਨਾਨਕ ਨੇ ਇੱਕ ਓਂਕਾਰ ਦਾ ਬਾਹ ਉੱਚੀ ਕਰਕੇ ਕਿਹਾ ਕਿ ਰਾਜਿਆਂ ਤੋਂ ਵੱਡੀ ਇੱਥੇ ਕੋਈ ਹੋਰ ਚੀਜ਼ ਵੀ ਹੈ, ਇਹ ਆਪੇ ਬਣੇ ਹੋਏ ਰਾਜੇ ਨੇ, ਇਹ ਰਾਜਾ ਦਾ ਵਿਰੋਧ ਕਰਨਾ ਚਾਹੀਦਾ। ਇਹ ਜਾ ਬਾਬਰ ਨੇ ਜਿਹੜੇ ਇਹ ਜਾਬਰ ਨੇ ਰਾਜੇ ਸੀ ਮੁਕੱਦਮ ਕੁੱਤੇ, ਇਹ ਸ਼ਬਦ ਪਹਿਲੀ ਵਾਰ ਦੁਨੀਆਂ ਦੀ ਧਰਤੀ ਤੇ ਬਾਬੇ ਨਾਨਕ ਨੇ ਕਹੇ ਸੀ ਜਦੋਂ ਕੋਈ ਆਵਾਜ਼ ਨਹੀਂ ਸੀ ਕੱਢਦਾ ਹੁੰਦਾ ਇਹਨਾਂ ਦੇ ਖਿਲਾਫ਼। ਸਜ਼ਾਵਾਂ ਵੀ ਭੁਗਤੀਆਂ, ਚੱਕੀਆਂ ਵੀ ਪੀਆਂ, ਜੇਲ੍ਹਾਂ 'ਚ ਵੀ ਬੰਦ ਰਹੇ, ਸਾਰਾ ਕੁਛ ਕੀਤਾ, ਪ੍ਰਚਾਰਕ ਸੀਗੇ, ਵਪਾਰ ਨਹੀਂ ਕੀਤਾ, ਖੇਤੀ ਕੀਤੀ ਹੈ, ਕਿਰਤ ਕਰਕੇ ਵੰਡ ਕੇ ਛਕੋ ਦਾ ਨਾਰਾ ਦਿੱਤਾ ਤੇ ਖੇਤੀ ਨੂੰ ਉੱਤਮ ਮੰਨਿਆ ਤੇ ਬ੍ਰਾਹਮਣਾਂ ਦੀ ਸੌੜੀ ਸੋਚ ਦਾ ਭਾਂਡਾ ਚਰਾਹੇ 'ਚ ਭਾਂਦੇ ਰਹੇ ਨੇ। ਜੇ ਤੁਸੀਂ ਸੂਰਜ ਨੂੰ ਪਾਣੀ ਦੇ ਸਕਦੇ ਹੋ ਤਾਂ ਮੈਂ ਆਪਦੇ ਖੇਤਾਂ ਨੂੰ ਪਾਣੀ ਵੀ ਦੇ ਸਕਦਾ।
बाबे नानक दी सारी जिंदगी इस प्रचार ते हे राजां ते खिलाफ लगी है। एक बगावत दा एक रूप सी ते इस बगावत दे दौर दे विचों अगले दौर दे विच तत्तियां तवियां ते तत्ते कड़ाहियां दे विच भी उबले आरिया ते सीस भी चले ते सबर भी दिखाया ते जबर भी चलिया। आखिर एक दिन इस स्टेज ते गल पहुंची कि सरबत दा भला चाहण वाले लोकां दे अगे एक इतिहास ने इम्तिहान दा परचा पाया कि कश्मीरी पंडतां नूं मुसलमान बनाउण दा जबर दा एक सद्दा आया तां एक बालग अपने पिता नूं कह रहा है एक बालक के पिता जी इस गल की खातर जे कुर्बानिया की लोड़ है ता तुहाडे तो वड्डा फिर कुर्बानी करने वाला कौन होगा। हस के कुर्बानी दिती है हस के कुर्बानी दिती है ओही महीना ते ओही गुरु तेग बहादुर मार गए ते ओही दिल्ली है ते ओही टक्कर है ओही मसला है जरमाणियां नूं जवाब देण दा। एक समा आया कि दशमेश ने उस जावर दा जवाब देण दी खातर फौजां दी उसारी कीती फौजां बणियां पंज प्यारां दी चनाब चोण कीती ते पांच प्यारियां नूं खांडे बाटे दा अमृत छकाया ते जात पात नूं सदा ले मेट दिता। कहा जा सकदा है कि सिख धर्म दे विच सिख जिहड़ा बन गया उहदी इक्को इक जात है कि उह सिख है उह दलित नहीं देखे मजदूरां चो छोटियां जातां चो पंज प्यारे साजे उहदी इक फौज होई उह फौज दे विच जंगां होईआं उहदे विच शहादतां होईआं परिवार गया राजा नाल जंग शुरू होई ते जंग दा खात्मा जाके किथे हुंदा है उह राजा दे जंग दा खात्मा किथे हुंदा है शहादतां होण तों बाद जंग नहीं मुक्की जंग की एक शुरुआत होंदी है। बंदा सिंह बहादुर नूं साडे दशमेश दा थापड़ा आउंदा बंदा सिंह बहादुर कसम लैंदा कि सरहंद दी इट नाले च खड़काउणी है कल्ला इह बंदा सिंह बहादुर दा कि जगीरदार सरदारां तों जमीनां खो के मजदूरां किसानां च वंडणियां ने इह मनोरथ रिहा ਇਹ ਮਨੋਰਥ ਪੂਰਾ ਕਰਦਾ ਹੋਇਆ ਬੰਦਾ ਸਿੰਘ ਬਹਾਦਰ ਵੀ ਸ਼ਹਾਦਤਾਂ ਪਾ ਗਿਆ ਜਿੱਥੇ ਸਾਡੀਆਂ ਇਹ ਮਸੂਮ ਜਿੰਦਾਂ ਕੰਧਾਂ 'ਚ ਚਿਣੀਆਂ ਗਈਆਂ ਜਿੱਥੇ ਜਿੰਦਾਂ ਹੋਈਆਂ ਨੇ ਤੇ ਤਾਂ ਭਾਰੀਆਂ ਦੀਆਂ ਗੱਲਾਂ ਹੋਈਆਂ ਉੱਥੇ ਦੁਨੀਆਂ ਦੇ ਇਤਿਹਾਸ ਦੇ ਵਿੱਚ ਇੱਕ ਕਹਾਵਤ ਕਾਇਮ ਹੋਈ ਕਿ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਭੀ ਨਾ ਛੋੜੇ ਖੇਤ ਪੁਰਜਾ ਪੁਰਜਾ ਕੱਟ ਕੇ ਵਿਖਾਇਆ ਸ਼ਹਾਦਤਾਂ ਦੇ ਕੇ ਦੱਸਿਆ ਫਿਰ ਅਸੀਂ ਆਪਣੇ ਸ਼ਹੀਦਾਂ ਨੂੰ ਪ੍ਰਣਾਮ ਕਰਦਿਆਂ ਸਲਾਮ ਕਰਦਿਆਂ ਤੇ ਨਾਲ ਕਿਸ ਦਿਹਾੜੇ ਤੇ ਅਹਿਦ ਲੈਂਦੇ ਹਾਂ ਕਿ ਤੁਹਾਡੀ ਲੜਾਈ ਅਜੇ ਮੁੱਕੀ ਨਹੀਂ ਇੱਥੇ ਵਜੀਦੇ ਵੀ ਜਿਉਂਦੇ ਨੇ ਤੇ ਇੱਥੇ ਰੰਗੇ ਵੀ ਜਿਉਂਦੇ ਨੇ ਉਹ ਤੇਗ ਬਹਾਦਰ ਦੀ ਸੜਕ ਵੀ ਤੇ ਮਾਰਗ ਵੀ ਜਿਉਂਦਾ ਤੇ ਦਿੱਲੀ ਦਾ ਦਰਬਾਰ ਵੀ ਉਸੇ ਤਰ੍ਹਾਂ ਕੀ ਇਹ ਜੰਗ ਉਸ ਤੋਂ ਵੱਖਰੀ ਜੰਗ ਹੈ ਫਿਰ ਸ਼ਹੀਦ ਕਿਹੜੀ ਗੱਲ ਦੀ ਮੰਗ ਕਰਨਗੇ ਸਾਡੇ ਸਾਡੇ ਸ਼ਹੀਦ ਕਿਸ ਗੱਲ ਵਾ ਸਾਡੇ ਤੋਂ ਆਸ ਰੱਖਦੇ ਨੇ
ਸਾਡਾ ਸਰਧਾਂਜਲੀ ਸਮਾਗਮ ਦੇਣ ਦਾ ਮਤਲਬ ਹੀ ਸਿਰਫ ਇਹ ਹੈ ਕਿ ਰਾਹ ਸਿੱਖੀਏ ਇਹਨਾਂ ਤੋਂ, ਇਹਨਾਂ ਦੇ ਰਸਤੇ ਪਈਏ। ਜ਼ਿੰਦਗੀਆਂ ਲਾਉਣੀਆਂ ਬਹੁਤ ਦੂਰ ਦੀ ਗੱਲ ਹੈ, ਸਿਰਫ ਤੇ ਸਿਰਫ ਜ਼ਿੰਦਗੀਆਂ ਲਾਉਣ ਦੀ ਖਾਤਰ ਫੈਸਲੇ ਕਰੋ। ਬਹੁਤ ਸਾਰੀਆਂ ਜ਼ਿੰਦਗੀਆਂ ਸਾਡੀਆਂ ਇਸ ਕੋਲ ਚ ਲੱਗ ਗਈਆਂ, ਹੋਰ ਲੱਗਣੀਆਂ ਨੇ ਕਿੰਨੀਆਂ, ਪਤਾ ਨਹੀਂ ਵਾਰੀ ਕਿਹਦੀ ਆਉਣੀ ਹੈ। ਪਤਾ ਲੱਗਿਆ ਵੀ ਕੱਲ ਇੱਕ ਵਕੀਲ, ਪਤਾ ਨਹੀਂ ਅੱਜ ਇੱਕ ਵਕੀਲ ਸਾਹਿਬ ਸੁਸਾਈਡ ਕਰ ਗਿਆ। 19 ਸਾਲ ਦੇ ਨੌਜਵਾਨ ਬੱਚੇ ਸਾਡੇ ਤੋਂ ਵਿਦਾ ਹੋ ਗਏ। ਅੱਜ ਮੈਂ ਇੱਕ ਇੰਟਰਵਿਊ ਪੜ੍ਹ ਰਿਹਾ ਸੀ ਕਿਸੇ ਮਾਂ ਦੀ, ਜਦੋਂ ਉਹ ਮੁੰਡਾ ਆਉਂਦਾ ਆਪਦੀ ਮਾਂ ਨੂੰ ਕਹਿੰਦਾ, ਜੇ ਮਾਂ ਮੈਂ ਗਿਆ ਨਾ ਦਿੱਲੀ ਧਰਨੇ ਚ, ਮੇਰਾ ਮਨ ਬਹੁਤ ਦੁਖੀ ਹੋਊਗਾ। ਜਿਹੜੀ ਮਾਂ ਆਪਦੇ ਪੁੱਤ ਤੋਂ ਬਿਨਾਂ ਇੱਕ ਰਾਤ ਨਹੀਂ ਸੀ ਕੱਟਦੀ ਵੀ ਪੁੱਤ ਮੈਨੂੰ ਨੀਂਦ ਨਹੀਂ ਆਉਣੀ, ਤੇ ਦਿੱਲੀ ਦੇ ਮੋਰਚੇ ਦੇ ਵਿੱਚ ਉਸ ਪੁੱਤ ਦੀ ਲਾਸ਼ ਵਾਪਸ ਮੁੜ ਜਾਂਦੀ ਹੈ। ਅੱਜ ਉਹ ਮਾਂ ਦਾ ਦਿਲ ਪੁੱਛਿਆ ਲੋੜੀਦਾ। ਇਹ ਬੱਚਿਆਂ ਦੀ ਵੀ ਕੋਈ ਮਾਂ ਹੋਣੀ ਹੈ ਤੇ ਉਹ ਬੱਚੇ ਦੀ ਵੀ ਕੋਈ ਮਾਂ ਹੈ, ਤੇ ਮਾਵਾਂ ਵੀ ਜਿਉਂਦੀਆਂ ਨੇ, ਪੁੱਤ ਵੀ ਜਿਉਂਦੇ ਨੇ, ਭਰਾ ਵੀ ਜਿਉਂਦੇ ਨੇ ਤੇ ਪਿਤਾ ਵੀ ਜਿਉਂਦੇ ਨੇ। ਤੇ ਸਾਡੇ ਵਾਸਤੇ ਇੱਕ ਸਵਾਲ ਹੈ, ਦਸ਼ਮੇਸ਼ ਨੂੰ ਆਪਣਾ ਪਰਮੇਸ਼ਰ ਤੇ ਗੁਰੂ ਮੰਨਣ ਵਾਲਿਓ, ਪੰਜਾਬ ਦੀ ਮਿੱਟੀ ਸੁੱਤੋਂ ਸ਼ਹਾਦਤਾਂ ਦੀ ਮੰਗ ਕਰਨ ਲੱਗ ਪਈ ਹੈ। ਆਸਾਂ ਵਧੀਆਂ ਨੇ ਤੁਹਾਡੇ ਸਿਰਾਂ ਤੇ, ਬੇਸ਼ੱਕ ਸਾਰਾ ਹਿੰਦੁਸਤਾਨ ਲੜ ਰਿਹਾ ਹੈ, ਬੇਸ਼ੱਕ ਸਾਰੇ ਸੂਬੇ ਮੈਦਾਨ ਚ ਨੇ, ਤੁਹਾਨੂੰ ਮੰਨਣਾ ਪੈਣਾ ਵੀ ਇੱਕ ਵਿਹਾਰ ਸੂਬਾ ਤੇ ਖੇਤੀ ਪ੍ਰਧਾਨ ਸਟੇਟ ਹੈ ਸਾਡੀ, ਲੜਨ ਦੀ ਵਿਰਾਸਤ ਹੈ ਸਾਡੀ। ਤੇ ਸ਼ਹੀਦਾਂ ਦੇ ਸਰਧਾਂਜਲੀ ਸਮਾਗਮ ਤੇ ਇਸ ਗੱਲ ਦਾ ਪਰਨ ਕਰੋ ਕਿ ਜੰਗ ਜਿੱਤ ਕੇ ਜਾਣਾ, ਇਹੀ ਸ਼ਰਧਾਂਜਲੀ ਹੈ ਸਾਡੇ ਇਹ ਸੂਰਬੀਰ ਭਾਸ਼ਣ ਬੱਚਿਆਂ ਨੂੰ। ਨਿਗਰ ਹੁੰਦੇ ਨੇ ਉਹ ਛਲਕਦੇ ਨਹੀਂ ਹੁੰਦੇ, ਭੜਕਦੇ ਨਹੀਂ ਹੁੰਦੇ, ਪ੍ਰਪੋਕ ਨਹੀਂ ਹੁੰਦੇ, ਹੋਛੇ ਫੈਸਲੇ ਨਹੀਂ ਲੈਂਦੇ। ਜਿੱਦੇ ਦਿੱਲੀ ਨੂੰ ਵਧਣ ਦਾ ਫੈਸਲਾ ਕਰ ਲਿਆ, ਲੁੱਕ ਲੁਕੋ ਕੇ ਨਹੀਂ ਕਰਦੇ, ਲੁੱਕ ਲੁਕੋ ਕੇ ਨਹੀਂ ਕਰਦੇ, ਇੱਥੋਂ ਐਲਾਨ ਕਰਾਂਗੇ। ਜਦੋਂ ਬੈਠਣ ਦੇ ਫੈਸਲੇ ਹੁੰਦੇ ਨੇ ਉਹ ਵੀ ਐਲਾਨੀਆਂ ਹੁੰਦੇ ਨੇ, ਜਦੋਂ ਭਿੜਨ ਦੇ ਫੈਸਲੇ ਹੁੰਦੇ ਨੇ ਉਹ ਵੀ ਐਲਾਨੀਆਂ ਹੁੰਦੇ ਨੇ। ਇਸ ਕਰਕੇ ਮੈਂ ਤੁਹਾਡਾ ਸਮਾਂ ਜ਼ਿਆਦਾ ਲੈ ਗਿਆ, ਆਸ ਕਰਾਂਗੇ ਤੁਹਾਡੇ ਸਾਰਿਆਂ ਕੋਲੋਂ ਕਿ ਸਾਡੇ ਚਾਰ ਮੋਰਚੇ ਚੱਲਦੇ ਨੇ, ਚਾਰ ਮੋਰਚਿਆਂ ਦੇ ਵਿੱਚ ਅੱਜ ਇਹ ਸ਼ਹੀਦੀ ਦਿਹਾੜੇ ਆਪਣੇ ਆਪਣੇ ਤਰੀਕੇ ਨਾਲ ਮਨਾਏ ਜਾ ਰਹੇ ਨੇ। ਆਪਣੇ ਇਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅਸੀਂ ਫੈਸਲੇ ਕੀਤੇ ਨੇ ਕਿ ਜਿੰਨਾ ਚਿਰ ਹਾਕਮ ਦੀ ਧੌਣ ਨੀਵੀਂ ਹੋ ਕੇ ਇਹ ਸਾਰੇ ਕਾਨੂੰਨ ਰੱਦ ਨਹੀਂ ਹੋ ਜਾਂਦੇ, ਅਸੀਂ ਪੰਜਾਬ ਦੀ ਧਰਤੀ ਤੇਰੇ 'ਤੇ ਪੈਰ ਪਾਉਣ ਨਹੀਂ ਆਉਂਦੇ। ਧੰਨਵਾਦ।